ਕੁਦਰਤੀ ਆਫਤ ਅੱਗੇ ਕਿਸੇ ਦੀ ਨਹੀਂ ਚੱਲਦੀ ਤੇ ਸਭ ਕੁਝ ਫੇਲ ਹੋ ਜਾਂਦਾ ਹੈ। ਖੌਫਨਾਕ ਤਸਵੀਰਾਂ ਇਹ ਬਿਆਨ ਕਰ ਰਹੀਆਂ ਨੇ ਜੋ ਹਾਲ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਪਏ ਮੀਂਹ ਤੋਂ ਬਾਅਦ ਇੱਥੇ ਦਰਿਆਵਾਂ ਦਾ ਨਦੀਆਂ ਦਾ ਪਾਣੀ ਇਸ ਕਦਰ ਵੱਧ ਚੁੱਕਿਆ ਹੈ ਕਿ ਠਾਠਾ ਮਾਰ ਦਾ ਪੁਲ ਦੇ ਉੱਤੋਂ ਦੀ ਹੋ ਕੇ ਲੰਘਣ ਲੱਗਾ ਹੈ। ਲੋਕ ਵੀ ਇੱਥੋਂ ਲੰਘਦੇ ਹੋਏ ਡਰਦੇ ਨੇ ਤੇ ਸਾਹ ਸੁੱਕ ਜਾਂਦੇ ਨੇ ਇਸ ਪੁਲ ਨੂੰ ਪਾਰ ਕਰਦਿਆਂ। ਤਸਵੀਰਾਂ ਅਜਮੇਰ ਦੀਆਂ ਨੇ, ਰਾਜਸਥਾਨ ਦੇ ਅਜਮੇਰ ਦੇ ਵਿੱਚ ਲਗਾਤਾਰ ਬਰਸਾਤ ਹੋਈ ਹੈ ਤੇ ਹਾਲ ਦੇਖੋ ਜਿੱਥੇ ਦਰਿਆਵਾਂ ਦਾ ਪਾਣੀ ਜਿਹੜਾ ਆ ਠਾਠਾ ਮਾਰ ਦਾ ਪੁਲ ਦੇ ਉੱਤੋਂ ਦੀ ਹੋ ਕੇ ਜਾ ਰਿਹਾ ਹੈ, ਖਤਰੇ ਦੇ ਨਿਸ਼ਾਨ ਨੂੰ ਵੀ ਪਾਰ ਕਰ ਚੁੱਕਿਆ ਹੈ ਤੇ ਤਬਾਹੀ ਦਾ ਮੰਜ਼ਰ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਹੈ। ਹਾਲਾਂਕਿ ਇਸ ਪੁਲ ਨੂੰ ਪਾਰ ਵੀ ਕਰ ਰਹੇ ਨੇ ਲੋਕ, ਪਰ ਬੇਹੱਦ ਜੋਖਮ ਉਠਾ ਕੇ, ਕਿਉਂਕਿ ਇਸ ਪੁਲ ਦੇ ਆਲੇ ਦੁਆਲੇ ਪਾਣੀ ਦੇਖੋ ਕਿਸ ਤਰ੍ਹਾਂ ਠਾਠਾ ਮਾਰ ਰਿਹਾ ਹੈ। ਖਤਰੇ ਦੇ ਨਿਸ਼ਾਨ ਤੋਂ ਇਹ ਪਾਰ ਹੋ ਚੁੱਕਿਆ ਹੈ ਤੇ ਪੁਲ ਨੂੰ ਛੂਹਣ ਲੱਗ ਗਿਆ ਹੈ। ਪੁਲ ਦੇ ਉੱਤੋਂ ਦੇ ਵੀ ਪਾਣੀ ਦੀਆਂ ਛੱਲਾਂ ਲੰਘ ਰਹੀਆਂ ਨੇ ਤੇ ਲੋਕ ਇੱਥੋਂ ਡਰਦੇ ਹੋਏ ਪੁਲ ਨੂੰ ਪਾਰ ਕਰ ਰਹੇ ਨੇ। ਰਾਜਸਥਾਨ ਦੇ ਵਿੱਚ ਅਜਿਹੇ ਹਾਲਾਤ ਬਣ ਚੁੱਕੇ ਨੇ, ਖਾਸ ਤੌਰ ਤੇ ਅਜਮੇਰ ਦੇ ਵਿੱਚ, ਕਿ ਰਾਹ ਸਾਰੇ ਬੰਦ ਹੋ ਚੁੱਕੇ ਨੇ। ਲੈ ਦੇ ਕੇ ਇੱਕ ਪੁਲ ਬਚਿਆ ਜਿਸ ਨੂੰ ਪਾਰ ਕਰਕੇ ਲੋਕ ਇੱਕ ਪਾਸੇ ਤੋਂ ਦੂਜੇ ਪਾਸੇ ਜਾ ਰਹੇ ਨੇ, ਪਰ ਉਹ ਵੀ ਕਿਸੇ ਖਤਰੇ ਤੋਂ ਘੱਟ ਨਹੀਂ ਹੈ। ਜਾਨ ਜੋਖਮ 'ਚ ਪਾ ਕੇ ਲੋਕ ਇੱਥੋਂ ਲੰਘ ਰਹੇ ਨੇ। ਤਸਵੀਰਾਂ ਦੇਖੋ ਕਿ ਪਾਣੀ ਦਾ ਪੱਧਰ ਕਿਸ ਕਦਰ ਵੱਧ ਚੁੱਕਿਆ ਹੈ। ਦੂਰ ਦੂਰ ਤੱਕ ਇਹ ਪਾਣੀ ਦਾ ਵਹਾਅ ਜਿਹੜਾ ਕਾਫੀ ਤੇਜ਼ ਹੈ। ਛੱਲਾਂ ਮਾਰਦਾ ਪਾਣੀ ਜਿਹੜਾ ਪੁਲ ਦੇ ਉੱਤੋਂ ਦੀ ਲੰਘ ਰਿਹਾ ਹੈ ਤੇ ਲੋਕ ਇਸ ਨੂੰ ਦੇਖ ਕੇ ਡਰ ਰਹੇ ਨੇ। ਇੱਕ ਵੀ ਬੰਨ ਟੁੱਟਿਆ ਤਾਂ ਇੱਥੇ ਘਰਾਂ ਦੇ ਘਰ ਤਬਾਹ ਹੋ ਜਾਣਗੇ। ਅਜਮੇਰ ਤੋਂ ਇਹ ਤਬਾਹੀ ਭਰੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਲਗਾਤਾਰ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ ਤੇ ਇੱਥੇ ਕਈ ਰਸਤੇ ਬੰਦ ਹੋ ਚੁੱਕੇ ਨੇ। ਜੋ ਇੱਕ ਪੁਲ ਚੱਲ ਰਿਹਾ ਹੈ ਤਾਂ ਉੱਤੇ ਵੀ ਪਾਣੀ ਪਹੁੰਚ ਚੁੱਕਿਆ ਹੈ। ਠਾਠਾ ਮਾਰਦਾ ਪਾਣੀ ਹੁਣ ਪੁਲ ਦੇ ਉੱਤੋਂ ਦੀ ਹੋ ਕੇ ਜਾ ਰਿਹਾ ਹੈ ਤੇ ਲੋਕ ਇਸੇ ਤੋਂ ਹੀ ਜਾਨ ਜੋਖਮ 'ਚ ਪਾ ਕੇ ਇੱਕ ਪਾਸੇ ਤੋਂ ਦੂਜੇ ਪਾਸੇ ਜਾ ਰਹੇ ਨੇ ਤੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਡਰ ਵੀ ਲੱਗਦਾ ਹੈ ਪਰ ਉਹਨਾਂ ਕੋਲ ਕੋਈ ਹੋਰ ਰਾਹ ਨਹੀਂ ਹੈ। ਅਜਮੇਰ ਦੇ ਵਿੱਚ ਸਾਰੇ ਰਸਤੇ ਇਸੇ ਤਰ੍ਹਾਂ ਪਾਣੀ ਦੇ ਵਿੱਚ ਵਹਿ ਚੁੱਕੇ ਨੇ ਤੇ ਇੱਕ ਆਖਰੀ ਪੁਲ ਹੈ ਜੋ ਕਦੇ ਵੀ ਇਸ ਪਾਣੀ ਦੇ ਵਿੱਚ ਡੁੱਬ ਸਕਦਾ ਹੈ, ਕਿਉਂਕਿ ਖਤਰੇ ਦੇ ਨਿਸ਼ਾਨ ਨੂੰ ਤਾਂ ਪਹਿਲਾਂ ਹੀ ਪਾਰ ਕਰ ਚੁੱਕਿਆ ਦਰਿਆ। ਪਰ ਹੁਣ ਹਾਲਾਤ ਦੇਖੋ ਕਿਸ ਤਰ੍ਹਾਂ ਦੇ ਬਣੇ ਹੋਏ ਨੇ। ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਤੇ ਲੋਕ ਬੜੀ ਮੁਸ਼ਕਲ ਦੇ ਨਾਲ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਰਹੇ ਨੇ। ਫਿਰ ਮੌਸਮ ਵਿਭਾਗ ਦੀ ਮੰਨੀਏ ਤਾਂ ਹਾਲੇ ਵੀ ਬਰਸਾਤ ਰੁਕੇਗੀ ਨਹੀਂ, ਕਿਉਂਕਿ ਅਜਮੇਰ ਦੇ ਵਿੱਚ, ਰਾਜਸਥਾਨ ਦੇ ਵਿੱਚ ਪਹਿਲੇ ਹੀ ਕਈ ਦਿਨਾਂ ਤੋਂ ਬਰਸਾਤ ਹੋ ਰਹੀ ਹੈ। ਲਗਾਤਾਰ ਮੌਲੇਧਾਰ ਮੀਂਹ ਪੈ ਰਿਹਾ ਹੈ ਤੇ ਹਾਲੇ ਵੀ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੋਈ ਹੈ ਕਿ ਹੋਰ ਵੀ ਬਰਸਾਤ ਹੋਏਗੀ ਤੇ ਉਸ ਤੋਂ ਬਾਅਦ ਜੋ ਹਾਲਾਤ ਹੋਣਗੇ ਉਹਨਾਂ ਨਾਲ ਨਜਿੱਠਣਾ ਵੀ ਔਖਾ ਹੋ ਸਕਦਾ ਹੈ। ਫਿਲਹਾਲ ਇਹ ਤਾਂ ਤਬਾਹੀ ਦਾ ਮੰਜ਼ਰ ਹੈ ਜੋ ਲੋਕਾਂ ਦੀਆਂ ਅੱਖਾਂ ਸਾਹਮਣੇ ਹੈ ਤੇ ਲੋਕ ਸਹਿਮੇ ਹੋਏ ਨੇ। ਕੁਦਰਤੀ ਆਫਤ ਅੱਗੇ ਕਿਸੇ ਦੀ ਨਹੀਂ ਚੱਲਦੀ ਤੇ ਸਭ ਕੁਝ ਫੇਲ ਹੋ ਜਾਂਦਾ ਹੈ। ਖੌਫਨਾਕ ਤਸਵੀਰਾਂ ਇਹ ਬਿਆਨ ਕਰ ਰਹੀਆਂ ਨੇ ਜੋ ਹਾਲ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਪਏ ਮੀਂਹ ਤੋਂ ਬਾਅਦ ਇੱਥੇ ਦਰਿਆਵਾਂ ਦਾ ਨਦੀਆਂ ਦਾ ਪਾਣੀ ਇਸ ਕਦਰ ਵੱਧ ਚੁੱਕਿਆ ਹੈ ਕਿ ਠਾਠਾ ਮਾਰ ਦਾ ਪੁਲ ਦੇ ਉੱਤੋਂ ਦੀ ਹੋ ਕੇ ਲੰਘਣ ਲੱਗਾ ਹੈ। ਲੋਕ ਵੀ ਇੱਥੋਂ ਲੰਘਦੇ ਹੋਏ ਡਰਦੇ ਨੇ ਤੇ ਸਾਹ ਸੁੱਕ ਜਾਂਦੇ ਨੇ ਇਸ ਪੁਲ ਨੂੰ ਪਾਰ ਕਰਦਿਆਂ। ਤਸਵੀਰਾਂ ਅਜਮੇਰ ਦੀਆਂ ਨੇ, ਰਾਜਸਥਾਨ ਦੇ ਅਜਮੇਰ ਦੇ ਵਿੱਚ ਲਗਾਤਾਰ ਬਰਸਾਤ ਹੋਈ ਹੈ ਤੇ ਹਾਲ ਦੇਖੋ ਜਿੱਥੇ ਦਰਿਆਵਾਂ ਦਾ ਪਾਣੀ ਜਿਹੜਾ ਆ ਠਾਠਾ ਮਾਰ ਦਾ ਪੁਲ ਦੇ ਉੱਤੋਂ ਦੀ ਹੋ ਕੇ ਜਾ ਰਿਹਾ ਹੈ। ਖਤਰੇ ਦੇ ਨਿਸ਼ਾਨ ਨੂੰ ਵੀ ਪਾਰ ਕਰ ਚੁੱਕਿਆ ਹੈ ਤੇ ਤਬਾਹੀ ਦਾ ਮੰਜ਼ਰ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਹੈ। ਹਾਲਾਂਕਿ ਇਸ ਪੁਲ ਨੂੰ ਪਾਰ ਵੀ ਕਰ ਰਹੇ ਨੇ ਲੋਕ, ਪਰ ਬੇਹੱਦ ਜੋਖਮ ਉਠਾ ਕੇ, ਕਿਉਂਕਿ ਇਸ ਪੁਲ ਦੇ ਆਲੇ ਦੁਆਲੇ ਪਾਣੀ ਦੇਖੋ ਕਿਸ ਤਰ੍ਹਾਂ ਠਾਠਾ ਮਾਰ ਰਿਹਾ ਹੈ। ਖਤਰੇ ਦੇ ਨਿਸ਼ਾਨ ਤੋਂ ਇਹ ਪਾਰ ਹੋ ਚੁੱਕਿਆ ਹੈ ਤੇ ਪੁਲ ਨੂੰ ਛੂਹਣ ਲੱਗ ਗਿਆ ਹੈ। ਪੁਲ ਦੇ ਉੱਤੋਂ ਦੇ ਵੀ ਪਾਣੀ ਦੀਆਂ ਛੱਲਾਂ ਲੰਘ ਰਹੀਆਂ ਨੇ ਤੇ ਲੋਕ ਇੱਥੋਂ ਡਰਦੇ ਹੋਏ ਪੁਲ ਨੂੰ ਪਾਰ ਕਰ ਰਹੇ ਨੇ।
ਰਾਜਸਥਾਨ ਦੇ ਵਿੱਚ ਅਜਿਹੇ ਹਾਲਾਤ ਬਣ ਚੁੱਕੇ ਨੇ, ਖਾਸ ਤੌਰ ਤੇ ਅਜਮੇਰ ਦੇ ਵਿੱਚ, ਕਿ ਰਾਹ ਸਾਰੇ ਬੰਦ ਹੋ ਚੁੱਕੇ ਨੇ। ਲੈ ਦੇ ਕੇ ਇੱਕ ਪੁਲ ਬਚਿਆ ਜਿਸ ਨੂੰ ਪਾਰ ਕਰਕੇ ਲੋਕ ਇੱਕ ਪਾਸੇ ਤੋਂ ਦੂਜੇ ਪਾਸੇ ਜਾ ਰਹੇ ਨੇ, ਪਰ ਉਹ ਵੀ ਕਿਸੇ ਖਤਰੇ ਤੋਂ ਘੱਟ ਨਹੀਂ ਹੈ। ਜਾਨ ਜੋਖਮ ਚ ਪਾ ਕੇ ਲੋਕ ਇੱਥੋਂ ਲੰਘ ਰਹੇ ਨੇ। ਤਸਵੀਰਾਂ ਦੇਖੋ ਕਿ ਪਾਣੀ ਦਾ ਪੱਧਰ ਕਿਸ ਕਦਰ ਵੱਧ ਚੁੱਕਿਆ ਹੈ। ਦੂਰ ਦੂਰ ਤੱਕ ਇਹ ਪਾਣੀ ਦਾ ਵਹਾਅ ਜਿਹੜਾ ਹੈ ਕਾਫੀ ਤੇਜ਼ ਹੈ। ਛੱਲਾਂ ਮਾਰਦਾ ਪਾਣੀ ਜਿਹੜਾ ਪੁਲ ਦੇ ਉੱਤੋਂ ਦੀ ਲੰਘ ਰਿਹਾ ਹੈ ਤੇ ਲੋਕ ਇਸ ਨੂੰ ਦੇਖ ਕੇ ਡਰ ਰਹੇ ਨੇ। ਇੱਕ ਵੀ ਬੰਨ ਟੁੱਟਿਆ ਤਾਂ ਇੱਥੇ ਘਰਾਂ ਦੇ ਘਰ ਤਬਾਹ ਹੋ ਜਾਣਗੇ। ਅਜਮੇਰ ਤੋਂ ਇਹ ਤਬਾਹੀ ਭਰੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ, ਜਿੱਥੇ ਲਗਾਤਾਰ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ ਤੇ ਇੱਥੇ ਕਈ ਰਸਤੇ ਬੰਦ ਹੋ ਚੁੱਕੇ ਨੇ। ਜੋ ਇੱਕ ਪੁਲ ਚੱਲ ਰਿਹਾ ਹੈ ਤਾਂ ਉੱਤੇ ਵੀ ਪਾਣੀ ਪਹੁੰਚ ਚੁੱਕਿਆ ਹੈ। ਠਾਠਾ ਮਾਰਦਾ ਪਾਣੀ ਹੁਣ ਪੁਲ ਦੇ ਉੱਤੋਂ ਦੀ ਹੋ ਕੇ ਜਾ ਰਿਹਾ ਹੈ ਤੇ ਲੋਕ ਇਸੇ ਤੋਂ ਹੀ ਜਾਨ ਜੋਖਮ ਚ ਪਾ ਕੇ ਇੱਕ ਪਾਸੇ ਤੋਂ ਦੂਜੇ ਪਾਸੇ ਜਾ ਰਹੇ ਨੇ। ਤੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਡਰ ਵੀ ਲੱਗਦਾ ਹੈ, ਪਰ ਉਹਨਾਂ ਕੋਲ ਕੋਈ ਹੋਰ ਰਾਹ ਨਹੀਂ ਹੈ। ਅਜਮੇਰ ਦੇ ਵਿੱਚ ਸਾਰੇ ਰਸਤੇ ਇਸੇ ਤਰ੍ਹਾਂ ਪਾਣੀ ਦੇ ਵਿੱਚ ਵਹਿ ਚੁੱਕੇ ਨੇ ਤੇ ਇੱਕ ਆਖਰੀ ਪੁਲ ਹੈ ਜੋ ਕਦੇ ਵੀ ਇਸ ਪਾਣੀ ਦੇ ਵਿੱਚ ਡੁੱਬ ਸਕਦਾ ਹੈ, ਕਿਉਂਕਿ ਖਤਰੇ ਦੇ ਨਿਸ਼ਾਨ ਨੂੰ ਤਾਂ ਪਹਿਲਾਂ ਹੀ ਪਾਰ ਕਰ ਚੁੱਕਿਆ ਦਰਿਆ। ਪਰ ਹੁਣ ਹਾਲਾਤ ਦੇਖੋ ਕਿਸ ਤਰ੍ਹਾਂ ਦੇ ਬਣੇ ਹੋਏ ਨੇ। ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਤੇ ਲੋਕ ਬੜੀ ਮੁਸ਼ਕਲ ਦੇ ਨਾਲ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਰਹੇ ਨੇ। ਫਿਰ ਮੌਸਮ ਵਿਭਾਗ ਦੀ ਮੰਨੀਏ ਤਾਂ ਹਾਲੇ ਵੀ ਬਰਸਾਤ ਰੁਕੇਗੀ ਨਹੀਂ, ਕਿਉਂਕਿ ਅਜਮੇਰ ਦੇ ਵਿੱਚ, ਰਾਜਸਥਾਨ ਦੇ ਵਿੱਚ ਪਹਿਲੇ ਹੀ ਕਈ ਦਿਨਾਂ ਤੋਂ ਬਰਸਾਤ ਹੋ ਰਹੀ ਹੈ। ਲਗਾਤਾਰ ਮੌਲੇਧਾਰ ਮੀਂਹ ਪੈ ਰਿਹਾ ਹੈ ਤੇ ਹਾਲੇ ਵੀ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੋਈ ਹੈ ਕਿ ਹੋਰ ਵੀ ਬਰਸਾਤ ਹੋਏਗੀ ਤੇ ਉਸ ਤੋਂ ਬਾਅਦ ਜੋ ਹਾਲਾਤ ਹੋਣਗੇ ਉਹਨਾਂ ਨਾਲ ਨਜਿੱਠਣਾ ਵੀ ਔਖਾ ਹੋ ਸਕਦਾ ਹੈ। ਫਿਲਹਾਲ ਇਹ ਤਾਂ ਤਬਾਹੀ ਦਾ ਮੰਜ਼ਰ ਹੈ ਜੋ ਲੋਕਾਂ ਦੀਆਂ ਅੱਖਾਂ ਸਾਹਮਣੇ ਹੈ ਤੇ ਲੋਕ ਸਹਿਮੇ ਹੋਏ ਨੇ।